सिख इतिहास दी महान गाथा। गुरु रूप साध संगत जी, वाहेगुरु जी का खालसा, वाहेगुरु जी की फतेह। प्रोग्राम सिख इतिहास दी महान गाथा विच आप जी का स्वागत है। अज दा इतिहास सिखां वल्लों राहों दे किले ते कब्जा करन नाल संबंधित है। सरहंद दी फतेह तों बाद सिखां दा उत्साह बहुत वध गया सी। ਉਹ ਸੋਚਦੇ ਸਨ ਕਿ ਹੁਣ ਉਹਨਾਂ ਦੇ ਮੁਗਲ ਹਕੂਮਤ ਤੋਂ ਛੁਟਕਾਰੇ ਦਾ ਸਮਾਂ ਆ ਗਿਆ ਹੈ। ਦੁਆਬੇ ਦੇ ਲੋਕ ਇੱਕਮੁੱਠ ਹੋ ਕੇ ਮੁਗਲਾਂ ਵਿਰੁੱਧ ਉੱਠ ਖੜੇ ਹੋਏ। ਉਹਨਾਂ ਨੇ ਜਲੰਧਰ ਦੇ ਫੌਜਦਾਰ ਸ਼ਮਸ਼ ਖਾਨ ਨੂੰ ਚਿੱਠੀ ਲਿਖੀ, ਜਿਸ ਵਿੱਚ ਰਾਜ ਪ੍ਰਬੰਧ ਵਿੱਚ ਸੁਧਾਰ ਕਰਨ ਅਤੇ ਆਪਣਾ ਖਜ਼ਾਨਾ ਸਿੱਖਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਸੀ। ਸ਼ਮਸ਼ ਖਾਨ ਅਧੀਨਗੀ ਦਾ ਵਿਖਾਵਾ ਮਾਤਰ ਕਰਨ ਪਿੱਛੋਂ ਲੜਾਈ ਵਾਸਤੇ ਤਿਆਰ ਹੋ ਗਿਆ। ਉਸਨੇ ਜਹਾਦ ਦਾ ਪੱਲੂ ਫੇਰ ਕੇ 1,00,000 ਗਾਜ਼ੀ ਇਕੱਠੇ ਕਰ ਲਏ। ਸ਼ਮਸ਼ ਖਾਨ ਕੋਲ 5,000 ਘੋੜਸਵਾਰ ਅਤੇ 30,000 ਪਿਆਦਾ ਸੈਨਿਕ ਵੀ ਸਨ। ਸਿੱਖਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੁਰੰਤ ਸੁਨੇਹਾ ਭੇਜਿਆ ਕਿ ਉਹ ਤੁਰੰਤ ਪੰਜਾਬ ਆ ਜਾਣ। ਬਾਬਾ ਜੀ ਗੰਗ ਦੁਆਬ ਤੋਂ ਵਾਪਸ ਆ ਗਏ। ਵੈਰੀਆਂ ਦੇ ਭਾਰੀ ਦਲ ਵੇਖ ਕੇ ਸਿੱਖ ਰਾਹੋਂ ਵੱਲ ਨੂੰ ਵੱਧ ਗਏ। ਉਹਨਾਂ ਨੇ ਭੱਠਿਆਂ ਵਾਲੀ ਉੱਚੀ ਥਾਂ ਉੱਤੇ ਡੇਰਾ ਜਮਾਇਆ ਅਤੇ ਇੱਕ ਕਿਲ੍ਹਾ ਜਿਹਾ ਬਣਾ ਲਿਆ। ਸ਼ਮਸ਼ ਖਾਨ ਨੇ ਸਿੱਖਾਂ ਨੂੰ ਘੇਰਾ ਪਾ ਲਿਆ, ਜਿਹੜਾ ਕਈ ਦਿਨਾਂ ਤੱਕ ਚੱਲਦਾ ਰਿਹਾ। ਸਿੱਖ ਰਾਤ ਸਮੇਂ ਮੁਗਲ ਫੌਜ ਦਾ ਬਹੁਤ ਨੁਕਸਾਨ ਕਰ ਜਾਂਦੇ ਸਨ। ਇੱਕ ਰਾਤ ਸਿੱਖ ਆਪਣੇ ਮੋਰਚੇ ਛੱਡ ਕੇ ਚਲੇ ਗਏ। ਇਹ ਕੇਵਲ ਇੱਕ ਚਾਲ ਸੀ। ਸ਼ਮਸ਼ ਖਾਨ ਨੇ ਕੁਝ ਮੀਲਾਂ ਤੱਕ ਸਿੱਖਾਂ ਦਾ ਪਿੱਛਾ ਕੀਤਾ ਅਤੇ ਜਿੱਤ ਦੇ ਅਹਿਸਾਸ ਵਿੱਚ ਸੁਲਤਾਨਪੁਰ ਨੂੰ ਚਲਾ ਗਿਆ। ਅਗਲੇ ਦਿਨ ਸਿੱਖ ਫਿਰ ਵਾਪਸ ਆ ਗਏ ਅਤੇ ਅੱਜ ਦੇ ਦਿਨ ਅਕਤੂਬਰ 1710 ਨੂੰ ਰਾਹੋਂ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ। ਅੱਜ ਸਿਰਫ ਇੰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।